वाहिगुरु जी का खालसा, वाहिगुरु जी की फतेह। सिख चैनल स्पैशल रिपोर्ट में तुहाडा सारिआं दा वैलकम स्वागत जी आया नूं कहिंदे होइआं, ते अज दी स्पैशल रिपोर्ट में असीं गल करांगे सत्कार कमेटी दी। पिछले दिनां दे विच एक सोशल मीडिया ते मसला सामने आया सी कि जो सत्कार कमेटी दे नौजवान है उन्हां ने कुछ जिहड़े ग्रंथी सिंह सी जिन्हां ने कबरां मजारां या जिहड़े जठेरे है ਉੱਥੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਸੀ ਉਹਨਾਂ ਦੇ ਨਾਲ ਕੁੱਟਮਾਰ ਦੀ ਜਿਹੜੀ ਵੀਡੀਓ ਸਾਹਮਣੇ ਆਏ ਸੀ ਉਸ ਤੋਂ ਬਾਅਦ ਜੋ ਕਾਫੀ ਬਿਆਨਬਾਜ਼ੀ ਹੋਈ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਬਿਆਨ ਦਿੱਤਾ ਕਿ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਦਾ ਨਾਂ ਦਿੱਤਾ ਉਹਨਾਂ ਤੇ ਪਰਚਾ ਰਜਿਸਟਰਡ ਹੋਣਾ ਚਾਹੀਦਾ ਹੈ ਤੇ ਉਹਨਾਂ ਤੇ ਪਰਚਾ ਰਜਿਸਟਰਡ ਹੋਇਆ ਔਰ ਕਈ ਦਿਨਾਂ ਤੋਂ ਪੁਲਿਸ ਭਾਲ ਕਰ ਰਹੀ ਸੀ ਸੁਖਜੀਤ ਸਿੰਘ ਖੋਸਾ ਗੁਰਮੀਤ ਸਿੰਘ ਸੋਢੀ ਤੇ 15 ਹੋਰ ਜਿਨ੍ਹਾਂ ਦੇ ਉੱਤੇ ਇਹ ਪਰਚਾ ਰਜਿਸਟਰ ਕੀਤਾ ਗਿਆ ਸੀ ਕੱਲ ਮਲੇਰਕੋਟਲੇ ਤੋਂ ਸੁਖਜੀਤ ਸਿੰਘ ਖੋਸਾ ਨੂੰ ਅਰੈਸਟ ਕਰ ਲਿਆ ਗਿਆ ਨਾਲ ਗੁਰਮੀਤ ਸਿੰਘ ਸੋਢੀ ਨੂੰ ਵੀ ਅਰੈਸਟ ਕੀਤਾ ਗਿਆ ਅਸੀਂ ਇਸ ਸੰਬੰਧ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਸਤਿਕਾਰ ਕਮੇਟੀ ਨਾਲ ਗੱਲਬਾਤ ਕੀਤੀ ਸੀ ਤਾਂ ਸਤਿਕਾਰ ਕਮੇਟੀ ਨੇ ਦੱਸਿਆ ਕਿ ਪਿੰਡ ਸਿੱਧਪੁਰ ਦੇ ਵਿੱਚ ਪਿਛਲੇ ਸਮੇਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਕਿ ਉੱਥੇ ਜੋਸਨ ਜਿਹੜੇ ਜਠੇਰੇ ਬਣੇ ਹੈ ਉੱਥੇ ਸਤਿਗੁਰਾਂ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਸਾਹਿਬ ਆਰੰਭ ਕਰਨੇ ਸੀ ਜਦੋਂ ਸਤਿਕਾਰ ਕਮੇਟੀ ਨੇ ਰੋਕਿਆ ਉੱਥੇ ਪੰਚਾਇਤ ਹੋਈ ਸੰਗਤਾਂ ਇਕੱਠੀਆਂ ਹੋਈਆਂ ਅਤੇ ਅਕਾਲ ਤਖਤ ਸਾਹਿਬ 'ਤੇ ਵੀ ਪਹੁੰਚ ਕੀਤੀ ਗਈ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਡਿਊਟੀ ਲੱਗੀ ਪੰਜ ਪਿਆਰੇ ਉਹਨਾਂ ਨੇ ਆ ਕੇ ਜੋ ਮੌਕਾ ਦੇਖਿਆ ਤਾਂ ਉਸ ਤੋਂ ਬਾਅਦ ਫੈਸਲਾ ਹੋਇਆ ਕਿ ਵਾਪਸੀ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਰਿਪੋਰਟ ਦੇਣਗੇ ਤਾਂ ਜੋ ਨਿਰਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏਗਾ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ ਕਿ ਅਖੰਡ ਪਾਠ ਸਾਹਿਬ ਹੋ ਸਕਦੇ ਹੈ ਕਿ ਨਹੀਂ ਹੋ ਸਕਦੇ ਲੇਕਿਨ ਉਸੇ ਰਾਤ ਹੀ ਪੁਲਿਸ ਦੀ ਮਦਦ ਲੈ ਕੇ ਰਾਤ ਨੂੰ ਤਕਰੀਬਨ 1 ਵਜੇ ਦੇ ਕਰੀਬ ਅਖੰਡ ਪਾਠ ਸਾਹਿਬ ਆਰੰਭ ਕਰਨ ਵਾਸਤੇ ਪ੍ਰਕਾਸ਼ ਕੀਤੇ ਗਏ ਸਵੇਰੇ 6 ਵਜੇ ਆਰੰਭ ਕਰ ਦਿੱਤੇ ਗਏ ਔਰ ਉਸ ਤੋਂ ਬਾਅਦ ਕੁਛ ਦਿਨਾਂ ਬਾਅਦ ਹੀ ਇਹ ਮਸਲਾ ਆਇਆ ਕਿ ਜਦੋਂ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਜੀ ਇਸ ਸੰਬੰਧ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੰਡੀਆ ਜਿੱਥੋਂ ਖਾਲਸਾ ਮਿਸ਼ਨ ਕੌਂਸਲ ਦੇ ਮੁਖੀ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਜੀ ਸਰ ਨਾਲ ਬਣੇ ਹੋਏ ਹੈ ਉਹਨਾਂ ਨੂੰ ਅਸੀਂ ਕਹਿੰਦੇ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਲਕੀਤ ਸਿੰਘ ਜੀ ਖਾਲਸਾ ਮਿਸ਼ਨ ਕੌਂਸਲ ਵੱਲੋਂ ਤੁਹਾਡਾ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਲੰਬੇ ਸਮੇਂ ਤੋਂ ਹੀ ਸੇਵਾਵਾਂ ਕਰ ਰਹੇ ਹੋ 2001 ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਆਇਆ ਸੀ ਸੰਗਤਾਂ ਦੇਖ ਸਕਦੀਆਂ ਸਕਰੀਨ 'ਤੇ ਉਸ ਸਮੇਂ ਦੇ ਹੁਕਮਨਾਮੇ ਦੀ ਕਾਪੀ ਵੀ ਅਸੀਂ ਸਕਰੀਨ 'ਤੇ ਲਾ ਦਿੱਤੀ ਹੈ ਅਤੇ ਇਸ ਸੰਬੰਧ ਵਿੱਚ ਜੋ ਸਤਿਕਾਰ ਕਮੇਟੀ ਨੇ ਵੀ ਜੋ ਸੇਵਾ ਸ਼ੁਰੂ ਕੀਤੀ ਅਤੇ ਇੱਕ ਮਸਲਾ ਸਾਹਮਣੇ ਆਇਆ ਜਿਹਦੇ ਵਿੱਚ ਸਿੰਘਾਂ ਨੂੰ ਅਰੈਸਟ ਵੀ ਕੀਤਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਵੀਰ ਜੀ ਇਹ ਬਹੁਤ ਮੰਦਭਾਗਾ ਜਿਹੜਾ ਆ ਇਹ ਕਾਰਜ ਹੋਇਆ ਆ ਵੈਸੇ ਇਹ ਜਿਹੜਾ ਕਹਿਣ ਦਾ ਮਤਲਬ ਆ ਉਹ ਅਰੈਸਟ ਕੀਤੇ ਆ ਸਿੰਘ ਇਹ ਬੜੀ ਬਹੁਤ ਮਾੜੀ ਗੱਲ ਆ ਮੇਰੇ ਕੋਲ ਇਹ ਹੁਕਮਨਾਮੇ ਦੀ ਕਾਪੀ ਵੀ ਪਈ ਆ ਸਿੰਘ ਸਾਹਿਬ ਦੀ ਮੇਰੇ ਕੋਲ ਆ ਤੇ ਹੁਕਮਾਂ ਅਨੁਸਾਰ ਗ੍ਰੰਥੀ ਪਾਠੀ ਢਾਡੀ ਪ੍ਰਚਾਰਕ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਲਈ ਵਿਸ਼ੇਸ਼ ਹਦਾਇਤ ਕੀਤੀ ਗਈ ਆ ਜੀ ਵੀ ਇਹ ਜਿਹੜਾ ਮੜੀ ਮਸਾਣੀ ਬਾਬੇ ਪੀਰ ਫਕੀਰ ਸ਼ਹੀਦ ਨਾਗ ਦੇਵਤਾ ਆਦਿ ਜਿਹੜੇ ਇੱਥੇ ਮੰਨਤਾ ਲੋਕ ਕਰਦੇ ਆ ਇੱਥੇ ਗੁਰੂ ਮਹਾਰਾਜ ਦੇ ਪਵਿੱਤਰ ਸਰੂਪ ਜਿਹੜੇ ਆ ਲੈ ਕੇ ਨਹੀਂ ਜਾਣੇ ਚਾਹੀਦੇ ਜੀ ਪਰ ਜੇ ਇਹਨਾਂ ਸਿੰਘਾਂ ਨੇ ਜਿਹੜਾ ਇਹ ਕਾਰਜ ਕੀਤਾ ਆ ਇਹ ਬਹੁਤ ਸ਼ਲਾਘਾਯੋਗ ਕੀਤਾ ਆ ਇਸੇ ਤਰ੍ਹਾਂ 1 ਜਨਵਰੀ 2002 ਦੇ ਵਿੱਚ ਜੀ ਤਲਵੰਡੀ ਸੰਘੇੜਾ ਪਿੰਡ ਦੇ ਵਿੱਚ ਇਹ ਮਸਲਾ ਇੱਕ ਉੱਭਰ ਕੇ ਸਾਹਮਣੇ ਆਇਆ ਸੀਗਾ ਤੇ ਜਦ ਕਿ ਉੱਥੇ ਖਾਲਸਾ ਮਿਸ਼ਨ ਕੌਂਸਲ ਜਥੇਬੰਦੀ ਦੇ ਸਿੰਘਾਂ ਨੇ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਭਾਈ ਦਲਵਾਰ ਸਿੰਘ ਜੀ ਦੀ ਅਗਵਾਈ 'ਚ ਤੇ ਹੋਰ ਬਹੁਤ ਸਾਰੇ ਸਿੰਘ ਜਿਹੜੇ ਆ ਉੱਥੇ ਉਹਨਾਂ ਨੇ ਜਾ ਕੇ ਜਗਾਮਾ ਤੇ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਜਾਣ ਦਾ ਵਿਰੋਧ ਕੀਤਾ ਸੀ ਉਦੋਂ ਵੀ ਇਹ ਪਤਾ ਲੱਗਾ ਸੀ ਕਿ ਅਜੀਤ ਸਿੰਘ ਕੁਹਾਰ ਤੇ ਸ਼ਿੰਗਾਰਾ ਸਿੰਘ ਲੋਹੀਆਂ SGPC ਮੈਂਬਰ ਇਹਨਾਂ ਦੀ ਸ਼ਹਿ ਤੇ ਸਿੰਘਾਂ ਤੇ ਕੇਸ ਵੀ ਦਰਜ ਉਹ ਇਹਨਾਂ ਨੇ ਕਰਵਾ ਦਿੱਤੇ ਸੀਗੇ ਜਿਹਦੇ ਵਿੱਚ IPC ਅਤੇ ਹੋਰ ਕਈ ਐਕਟ ਆਇਦ ਕੀਤੇ ਗਏ ਪ੍ਰੰਤੂ ਇਹਨਾਂ ਕੇਸਾਂ ਦੇ ਵਿਰੋਧ ਵਿੱਚ ਜਲੰਧਰ ਦੇ ਵਿੱਚ ਬਹੁਤ ਵੱਡੇ ਇਕੱਠ ਨੇ ਸੰਗਤਾਂ ਨੇ ਜਿਹੜਾ ਆ ਧਰਨੇ ਦਿੱਤੇ ਉਦੋਂ ਇਹ ਗੌਰਮੈਂਟ ਨੂੰ ਜਾਂ ਇਹਨਾਂ ਸਾਰਿਆਂ ਨੂੰ ਮਜਬੂਰ ਹੋ ਕੇ ਕੇਸ ਉਦੋਂ ਵਾਪਸ ਲੈਣੇ ਪਏ ਸੀ ਜੀ ਉਹ ਮੇਰਾ ਕਹਿਣ ਦਾ ਮਤਲਬ ਆ ਇਹ ਜਿਹੜੇ ਸਤਿਕਾਰਯੋਗ ਸਤਿਕਾਰ ਕਮੇਟੀ ਆ ਭਾਈ ਸਾਹਿਬ ਆ ਜਿਹੜੇ ਬਹੁਤ ਸ਼ਲਾਘਾਯੋਗ ਕਾਰਜ ਕਰ ਰਹੇ ਆ ਪਰ ਜਿਹੜੇ ਇੱਦਾਂ ਦੇ ਇਹਨਾਂ ਤੇ ਕੇਸ ਕਰ ਰਹੇ ਆ ਇਹ ਕਰਵਾ ਰਹੇ ਆ ਇਹ ਬੰਦੇ ਇਹਨਾਂ ਨੂੰ ਇਹ ਬਹੁਤ ਮਾੜੀ ਗੱਲ ਆ ਇਹਨਾਂ ਲਈ ਇਹ ਚੰਗੀ ਗੱਲ ਨਹੀਂ ਮੇਰੇ ਕੋਲ ਮੈਂ ਕਬੀਰ ਜੀ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਮੇਰੇ ਕੋਲ ਨਾ ਮੱਖਣ ਕੋਟਲਾ ਜਿਹੜੇ ਸੀਨੀਅਰ ਸਾਡੇ ਮੈਂਬਰ ਆ ਜੀ ਖਾਲਸਾ ਮਿਸ਼ਨ ਕੌਂਸਲ ਦੇ
ਉਹ ਇੱਥੇ ਬੈਠੇ ਆ, ਜੇ ਉਹਨਾਂ ਨਾਲ ਵੀ ਥੋੜੀ ਜਿਹੀ ਵਿਚਾਰ ਕੀਤੀ ਜਾਵੇ ਤਾਂ ਮੈਂ ਬਹੁਤ ਚੰਗੀ ਗੱਲ ਸਮਝਾਂਗਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕਰੋ ਜੀ ਭਾਈ ਸਾਹਿਬ ਜੀ, ਤੁਹਾਡਾ ਜੀ ਆਇਆਂ ਨੂੰ ਸਿੱਖ ਚੈਨਲ ਤੇ ਕੀ ਕਹਿਣਾ ਚਾਹੋਗੇ ਜੋ ਸਤਿਗੁਰਾਂ ਦੇ ਸਤਿਕਾਰ ਹਿੱਤ ਜੋ ਸਾਹਮਣੇ? ਮੈਂ ਤਾਂ ਇਹ ਕਹਿਣਾ ਚਾਹੂੰਗਾ ਭਾਈ ਸਾਹਿਬ ਜੀ ਵੀ ਜੋ ਇਹਨਾਂ ਨੇ ਜੀਤ ਸਿੰਘ ਘੁਆੜ ਨੇ ਤੇ ਸਿਕਾਰ ਸਿੰਘ ਲੋਹੀਆਂ ਨੇ ਇਹਨਾਂ ਦੇ ਪਰਚੇ ਦਰਜ ਕਰਾਇਆ, ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ ਜੀ। ਜਦੋਂ ਇਹ ਚਾਹੀਦਾ ਨੀ ਸੀ ਪਰਚੇ ਨਾਲ ਸਿੰਘਾਂ ਦੇ ਦਰਜ ਕਰਾਉਣੇ, ਉਹ ਸਿੰਘ ਬੜੀ ਚੜ੍ਹਦੀ ਕਲਾਸ ਹੈਗੇ ਆ ਜੀ। ਉਹਨਾਂ ਨੇ ਸਾਡੇ ਆਪਣੇ ਇੱਥੇ ਨੂਰ ਮਹਿਲ ਵਿੱਚ ਵੀ ਇੱਕ ਦੋ ਤਿੰਨਾਂ ਜਗ੍ਹਾ ਤੇ ਆ ਕੇ ਇਹਨਾਂ ਨੇ ਇਹ ਸਰੂਪ ਮਹਾਰਾਜ ਦੇ ਲਿਜਾ ਕੇ ਰੱਖੇ ਸੀ ਮੜੀਆਂ ਮੁੱਖੀਆਂ, ਤੇ ਉਹ ਵੀ ਇਹਨਾਂ ਨੇ ਬਿਤਾਏ ਜਾਣ ਕੇ, ਬੜਾ ਸਤਿਕਾਰ ਇਸ ਕਮੇਟੀ ਨੇ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਖਾਲਸਾ ਮਿਸ਼ਨ ਕੌਂਸਲ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਤੇ ਭਾਈ ਮੱਖਣ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਜੋ ਅਜੀਤ ਸਿੰਘ ਕੁਹਾੜ ਔਰ ਸ਼ਿੰਗਾਰ ਸਿੰਘ ਲੋਹੀਆਂ ਨੇ ਹੀ ਇਹਨਾਂ ਦੇ ਪਰਚੇ ਕਰਾਏ। ਇਸੇ ਤਰ੍ਹਾਂ ਜਦੋਂ ਭਾਈ ਸੁਰਜੀਤ ਸਿੰਘ ਖੋਸਾ, ਗੁਰਮੀਤ ਸਿੰਘ ਸੋਢੀ ਨੂੰ ਪੁਲਿਸ ਨੇ ਅਰੈਸਟ ਕਰਕੇ ਤੇ ਸੁਲਤਾਨਪੁਰ ਲੋਧੀ ਕੋਰਟ ਵਿੱਚ ਪੇਸ਼ ਕੀਤਾ ਹੈ, ਆਓ ਉਸ ਟਾਈਮ ਦੀ ਆਪਾਂ ਦੇਖਦੇ ਹਾਂ ਵੀਡੀਓ। ਸਾਰਾ ਹੋ ਰਿਹਾ ਸਾਰਾ ਕਾਰਜ, ਇਹ ਜਿਹੜੀਆਂ ਸਰਕਾਰਾਂ ਨੇ ਧੱਕੇ ਕਰਦੀਆਂ ਹੁੰਦੀਆਂ ਨੇ ਤੇ ਸੰਗਤਾਂ ਨੂੰ ਬੇਨਤੀ ਆ ਵੀ ਸਾਡੇ ਨਾਂ ਦੇ ਕੋਈ ਪੈਸੇ ਨਾ ਇਕੱਠੇ ਕਰਕੇ ਲੈ ਜਾਵੇ, ਤੇ ਇਹ ਜਿਹੜੀ ਕਾਰਵਾਈ ਆ ਸੁਨਕੇ ਪਾਸ਼ਾ ਦੀ ਕਿਰਪਾ ਨਾਲ ਅਸੀਂ ਕਰਦੇ ਰਹਾਂਗੇ, ਸਾਨੂੰ ਕੋਈ ਪਛਤਾਵਾ ਨਹੀਂ ਹੈ। ਅਸੀਂ ਸਤਿਗੁਰੂ ਸਾਹਿਬ ਦੀ ਆਉਣ ਸ਼ਾਨ ਵਾਸਤੇ ਜਿਹੜਾ ਕੀਤਾ ਆ, ਸਾਨੂੰ ਕੋਈ ਇਹਦਾ ਗਮ ਨਹੀਂ ਹੈ। ਅਸੀਂ ਗਾਂ ਵਾਸਤੇ ਵੀ ਏਦਾਂ ਹੀ ਹੋ ਸਕਦਾ ਤਰੀਕੇ ਸਾਡੇ ਪੈਣ, ਪਰ ਸਤਿਗੁਰੂ ਦੀਆਂ ਸਮਾਵਾਂ ਏਦਾਂ ਹੀ ਹਾਜ਼ਰ ਰਹਿਣਗੀਆਂ। ਜੀ ਇਸ ਵੀਡੀਓ ਵਿੱਚ ਤੁਸੀਂ ਸੁਣਿਆ ਹੀ ਹੈ ਕਿ ਸੁਖਜੀਤ ਸਿੰਘ ਖੋਸਾ ਨੇ ਜੋ ਆਪਣੇ ਵਿਚਾਰ ਦਿੱਤੇ ਹੈ, ਔਰ ਜਿਵੇਂ ਭਾਈ ਮਲਕੀਤ ਸਿੰਘ ਨੇ ਦੱਸਿਆ ਕਿ ਖਾਲਸਾ ਮਿਸ਼ਨ ਕੌਂਸਲ ਨੇ 2002 ਦੇ ਵਿੱਚ ਜਨਵਰੀ 'ਚ ਜਦੋਂ ਤਲਵੰਡੀ ਸੰਘੇੜਾ ਲੋਹੀਆਂ ਦੇ ਨੇੜੇ ਪੈਂਦਾ, ਉੱਥੇ ਸਤਿਗੁਰਾਂ ਦੇ ਸਤਿਕਾਰ ਹਿੱਤ ਕਾਰਵਾਈ ਕੀਤੀ ਸੀ। ਉਸ ਟਾਈਮ ਅਜੀਤ ਸਿੰਘ ਕੁਹਾੜ ਨੇ ਉਹਨਾਂ ਸਿੰਘਾਂ ਦੇ ਉੱਤੇ 307 ਅਤੇ ਹੋਰ ਕਈ ਧਾਰਾ ਲਾ ਕੇ ਪਰਚੇ ਕਟਾਏ ਸੀ। ਉਸ ਟਾਈਮ ਖਾਲਸਾ ਮਿਸ਼ਨ ਕੌਂਸਲ ਅਤੇ ਸਾਰੀਆਂ ਸੰਗਤਾਂ ਨੇ ਜਲੰਧਰ 'ਚ ਧਰਨੇ ਲਾਏ ਔਰ ਅਜੀਤ ਸਿੰਘ ਕੁਹਾੜ ਦੇ ਪੁਤਲੇ ਫੂਕੇ ਸੀ। ਉਸ ਟਾਈਮ ਦੀਆਂ ਅਖਬਾਰਾਂ ਜਿਹੜੀਆਂ ਉਹ ਵੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ, ਜਨਵਰੀ 2002 ਦੀਆਂ, ਜਦੋਂ ਅਜੀਤ ਸਿੰਘ ਕੁਹਾੜ ਦੇ ਪੁਤਲੇ ਫੂਕੇ ਗਏ ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਉਹ ਸਾਰੇ ਦੇ ਸਾਰੇ ਕੇਸ ਜਿਹੜੇ ਸੀ ਵਾਪਸ ਲਏ, ਕੇਸ ਕੈਂਸਲ ਹੋਏ। ਇਹੋ ਜਿਹੀ ਇਹ ਮਸਲਾ ਸਾਹਮਣੇ ਆਇਆ। ਇਸੇ ਸੰਬੰਧ ਦੇ ਵਿੱਚ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਜਿਹੜੇ ਆ ਉਹਨਾਂ ਦਾ ਵੀ ਵਿਚਾਰ ਸਾਹਮਣੇ ਆਏ। ਆਪੋ ਆਪਾਂ ਵੀਡੀਓ ਦੇ ਵਿੱਚ ਦੇਖਦੇ ਹਾਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਚਾਰ। ਤੇ ਕਿਤੇ ਸਤਿਕਾਰ ਕਰਨ ਵਾਲੇ ਗੁਰਸਿੱਖਾਂ ਤੇ ਗੁਰੂ ਸਾਹਿਬ ਜੀ ਦੇ ਅਦਬ ਨੂੰ ਮੁੱਖ ਰੱਖਣ ਵਾਲਿਆਂ ਤੇ 307 ਦੇ ਪਰਚੇ ਹੋ ਰਹੇ ਆ, ਬੜਾ ਕੁਝ ਏਦਾਂ ਹੋ ਰਿਹਾ। ਮੈਂ ਬੇਨਤੀ ਪਿੱਛੇ ਵੀ ਕੀਤੀ ਸੀ, ਸਾਡੇ ਮਤਭੇਦ ਲੱਖਾਂ ਹੋ ਸਕਦੇ ਤੇ, ਪਰ ਜਦੋਂ ਕੋਈ ਇਦਾਂ ਦੀ ਭੀੜ ਬਣਦੀ ਹੈ ਕਿਸੇ ਵੀ ਗੁਰਸਿੱਖ ਤੇ ਸਾਡੇ ਕਿਸੇ ਵੀ ਭਰਾ ਤੇ, ਉਦੋਂ ਸਾਨੂੰ ਜ਼ਰੂਰ ਇਕੱਠੇ ਹੋਣਾ ਚਾਹੀਦਾ। ਹੁਣ ਜੇ ਅਕਾਲ ਤਖ਼ਤ ਦੇ ਜਥੇਦਾਰ ਜਾਂ ਆਗੂ ਕਹਿ ਲਓ, ਪ੍ਰਧਾਨ ਕਹਿ ਲਓ, ਉਹ ਇਹ ਕਹਿਣ ਵੀ ਕੇਸ ਦਰਜ ਕਰੋ, ਇਦਾਂ ਕਰੋ, ਇਹ ਜਿਹੜੇ ਬਿਆਨ ਨੇ ਬੜੇ ਮੰਦਭਾਗੇ ਆ। ਵੀ ਸਰਕਾਰਾਂ ਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਪੰਥ ਕਹਾਉਣ ਵਾਲੇ ਨੇ ਤੇ ਪੰਥ ਪ੍ਰਤੀ ਵਫਾਦਾਰੀ ਵੀ ਦਿਖਾਓ। ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਕੋਈ ਵੀ ਮਸਲਾ ਜਦੋਂ ਕੌਮ 'ਚ ਬਣਦਾ ਹੈ ਉਹਦੀ ਤਹਿ ਤੱਕ ਜਾਈਦਾ, ਜਿਹੜਾ ਗਲਤ ਹੈ ਜਿਹੜਾ ਠੀਕ ਹੈ ਤਹਿ ਤੱਕ ਜਾ ਕੇ ਫਿਰ ਸਾਨੂੰ ਫੈਸਲਾ ਕਰਨਾ ਚਾਹੀਦਾ। ਸੋ ਇਸ ਕਰਕੇ ਜਿਵੇਂ ਸਤਿਕਾਰ ਕਮੇਟੀ ਵਾਲਿਆਂ ਨੇ ਉਹ ਪਾਠੀ ਸਿੰਘਾਂ ਨੂੰ ਮਾਰਿਆ, ਇਦਾਂ ਦੀਆਂ ਗੱਲਾਂ ਆਪਣੇ ਸਾਹਮਣੇ ਆਈਆਂ ਨੇ। ਗੱਲ ਤੇ ਗ੍ਰੰਥ ਗੁਰੂ ਗ੍ਰੰਥ ਪੰਥ ਦੀ ਕਰਦੇ ਹਾਂ ਆਪਾਂ, ਗੁਰੂ ਗ੍ਰੰਥ ਪੰਥ ਦੇ ਸਤਿਕਾਰ ਦੀ ਗੱਲ ਹੈ ਤੇ ਉੱਥੇ ਫਿਰ ਪਰਚੇ, ਉਹ ਵੀ ਸਾਡੇ ਆਗੂ ਕਹਿ ਰਹੇ ਨੇ। ਤਾਂ ਕਰਕੇ ਬੇਨਤੀ ਹੈ ਕਿ ਸਮੇਂ ਦੀਆਂ ਸਰਕਾਰਾਂ ਨੂੰ ਵੀ ਤੇ ਸਮੇਂ ਦੇ ਜਥੇਦਾਰਾਂ ਨੂੰ ਵੀ, ਵੀ ਕੌਮ ਦੇ ਵਿੱਚ ਜਿਹੜਾ ਪ੍ਰਚਾਰ ਕਰ ਰਿਹਾ, ਜਿਹੜਾ ਕੋਈ ਸਤਿਕਾਰ ਗੁਰੂ ਸਾਹਿਬ ਦਾ ਕਾਇਮ ਰੱਖਣਾ ਚਾਹੁੰਦਾ ਹੈ, ਉਹਨਾਂ ਦੇ ਨਾਲ ਖਲੋਵੋ, ਉਹਨਾਂ ਦੇ ਉਲਟ ਨਾ ਚੱਲੋ। ਜੀ ਇਸ ਵੀਡੀਓ ਦੇ ਵਿੱਚ ਤੁਸੀਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਚਾਰ ਸੁਣੇ ਨੇ, ਉਹਨਾਂ ਨੇ ਵੀ ਸਤਿਕਾਰ ਕਮੇਟੀ ਦੇ ਸੰਬੰਧ ਵਿੱਚ ਜੋ ਵਿਚਾਰ ਰੱਖੇ ਨੇ। ਇਹ ਸੀ ਸਾਰੀ ਅੱਜ ਦੀ ਸਪੈਸ਼ਲ ਰਿਪੋਰਟ ਦੇ ਵਿੱਚ ਕਿ ਸਤਿਕਾਰ ਕਮੇਟੀ ਨੇ ਕਿਵੇਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਕਈ ਜਗ੍ਹਾ 'ਤੇ, ਜਿੱਥੇ ਪਖੰਡੀ ਡੰਬੀ ਧਾਗੇ ਤਵੀਤਾਂ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਲੋਕਾਂ ਦੇ ਨਾਲ ਲੁੱਟ ਸੁੱਟ ਕਰਦੇ ਸੀ, ਅਤੇ ਉੱਥੇ ਸਾਰੇ ਜਗ੍ਹਾ 'ਤੇ ਜਾ ਕੇ ਉਹਨਾਂ ਪਖੰਡੀਆਂ ਡੰਬੀਆਂ ਜਿਹੜੇ ਆ ਉਹਨਾਂ ਨੂੰ ਨੱਥ ਪਾਈ ਔਰ ਸਤਿਗੁਰਾਂ ਦਾ ਸਤਿਕਾਰ ਬਹਾਲ ਕੀਤਾ। ਇਹੀ ਸਤਿਗੁਰਾਂ ਦੇ ਸਤਿਕਾਰ ਬਹਾਲ ਕਰਨ ਦਾ ਸੰਬੰਧ ਵਿੱਚ ਹੀ ਉਹਨਾਂ 'ਤੇ ਜੋ
परचे रजिस्टर्ड होए ने इस संबंध में तुम सुनिया विचार ये अज की स्पैशल रिपोर्ट तुहाडे तो लैने इजाजत देखते रहना सिख चैनल वाहिगुरू जी का खालसा वाहिगुरू जी की फतेह।